अरे कोई छतरी रखी हुई है ताकि बेचारे इन्होंने कुछ घूमने दिखना ही बंद हो गया। देखो पालमपुर नहीं आंदा टावर देख यार पालमपुर पालमपुर देखी जाता चलो मिल ना दे कि जाना असि रुके सी चाह चू पीने उथे रुके नी रोड साइड कैमरा मारा चुप भाई यार तू क्यों बोलना होना जब मैं कि नहीं समझाया जब मैं कह तो उदो बोलना नहीं तो नहीं बोलना ऐवें बिच कड़े चकड़े चकड़े चलाई होंगी इन्होंने। हाँ जी किधर ऋषि 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 जा रही इधर आओ अड्डे बैठो। हाँ जी चल वापस चल वापस जीना कि नहीं दे जाने मैं सिद्धू मूसे वाले कि तेरी आई नहीं खबर यार की हो गया ठीक है असं इतने रुके से फुल करा दी जिते मर्जी लाइ है बबी फुल करा दी चलिए जिते मर्जी ਜਿਹੜੇ ਜੀ ਦੇਖਣ ਆਏ ਸੀਗੇ ਫਾਈਨਲੀ ਫਾਈਨਲੀ ਹੋ ਰਹੀ ਹੈ ਪੂਰੀ ਆਹੋ ਅੱਗੋਂ ਗੱਡੀਆਂ ਆ ਰਹੀਆਂ ਗਿੱਲੀਆਂ ਹੋ ਗਏ ਚਾਰਜਰ ਲਿਆ ਕੁਝ ਵੀ ਨਹੀਂ ਸੀਗਾ ਉਸ ਘਰੇ ਕਿੱਦਾਂ ਹੀ ਆ ਗਏ ਇਸੇ ਲਈ ਬੇਸੀ ਹੋ ਗਈ ਹੁਣ ਬਵੀ ਦੀ ਠੰਡਾ ਹੋ ਕੇ ਬਹਿ ਗਿਆ ਨਾ ਐਨਕ ਮਾਫੀ ਹੋ ਪੜੀ ਚਲ ਕੋਈ ਨਹੀਂ ਅੱਗੇ ਬਹੁਤ ਵਧੀਆ ਇਹ ਦੇਖੋ ਸੋਰੀ ਹੁਣ ਤੇ ਪੇੜ ਪੇੜ ਆ ਗਏ 2 ਮਿੰਟ ਵੇਟ ਕਰੋ ਬਸ ਹੁਣ ਜਦੋਂ ਮੁਕਲੇ ਸ਼ੋ ਉਹ ਦੇਖੋ रोड गिली चल तो नहीं पिया नहीं तेरा नक ही आ गया बोलो डैडी डैडी बोलो की कहना गल गलत हो गई मेरे तो गल आ रही है मेरे तो गल आ रही है भाई दसी आए हैं दरिया थले पालमपुर जा रहे थे थले दरिया आ गए आ गए आ गए आ गए ऐनक भी ले आनी अपनी काली वाली ऐनक चल छड फोटो फोटो खिंच लीए दरिया दिखाना तुहानू रुको ट्रेन भी जाती है पठानकोट तो चलती है
ਪਠਾਨਕੋਟ ਤੋਂ ਜਲਦੀ ਹੈ ਅਤੇ ਜਾਂਦੀ ਪਤਾ ਨਹੀਂ ਕਿੱਥੇ ਅਤੇ ਮੈਨੂੰ ਪਤਾ ਨਹੀਂ ਉਹਨਾਂ ਪੱਕਾ ਮੈਂ ਪਠਾਨਕੋਟ ਤੋਂ ਜਲਦੀ ਜੇ ਕਿੱਦਾਂ ਨਜ਼ਾਰਾ ਬਾਬੀ ਜੀ ਹਾਂਜੀ ਥੋੜ੍ਹਾ ਉੱਚੀ ਬੋਲੋ ਮਾਈਕ ਕੋਲ ਆ ਕੇ ਉਹ ਘੈਂਟ ਉਹ ਐਡੀ ਵੀ ਨਹੀਂ ਕਈ ਜਣਾ ਰਹਿਣ ਦੇ ਕਹਿੰਦਾ ਫੋਟੋ ਖਿੱਚ ਕੇ ਹੀ ਰਹਿਣੀ ਹੈ ਚਲੋ ਮੈਂ ਕੋਈ ਨਹੀਂ ਮੈਂ ਵੀ ਹੁੰਦਾ ਆਏ ਫੋਟੋ ਖਿੱਚ ਕੇ ਉਹ ਪਾਣੀ ਜ਼ਿਆਦਾ ਰਹਿਣ ਦੇ ਓਏ ਦੂਰ ਤੱਕ ਨੀ ਗਏ ਅੰਦਰ ਥੋੜਾ ਲਾਗੇ 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 ਇੰਜੋਏ ਵੀ ਕਰ ਲਿਆ ਫੋਟੋ ਵੀ ਖਿਚਾ ਲਈਆਂ ਨਾਲੇ ਰਿਸਕ ਵੀ ਨੀ ਸੀਗਾ ਕੋਈ ਇੰਨਾ ਨਜ਼ਾਰਾ ਸੀਗਾ ਨਾ ਠੰਡਾ ਸੀ ਪਾਣੀ ਵਾਟਰਫਾਲ ਵੀ ਹੈਗਾ ਇੱਥੇ ਇੱਕ ਛੋਟਾ ਜਿਹਾ ਪਾਲਮਪੁਰ 20 ਕਿਲੋਮੀਟਰ ਵਾਸੀਆਂ ਮਰੀ ਜਾਂਦੇ ਆ 20 ਕਿਲੋਮੀਟਰ ਰਹਿ ਗਿਆ ਹੋਰ ਤੀ ਵੀ ਫਾਈਨਲੀ ਪਾਲਮਪੁਰ ਰਹਿ ਗਿਆ 20 ਕਿਲੋਮੀਟਰ ਅਤੇ ਵੈਦਰ ਜਿੱਦਾਂ ਤੁਹਾਨੂੰ ਕਿਹਾ ਸੀਗਾ ਔਸਮ ਚੱਲ ਇੱਥੋਂ ਹੁਣ ਲੈਫਟ ਮੁੜਨਾ ਲੈਫਟ 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 ਚੱਲ ਜੀ ਚਲੋ ਬਸ ਹੁਣ ਐਂ ਹੀ ਆ ਲੈਫਟ 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 ਜਾਂਦੇ ਉਹ ਦੂਜਾ ਨਾਂ ਭਾਪ ਚੜਾਈ ਆ ਸਿੱਧੀ ਹੁਣ ਸੋ ਗਾਇਜ਼ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਭਾਈ ਬਹੁਤ ਮਿਹਨਤ ਨਾਲ ਗੱਡੀ ਚਲਾ ਰਿਹਾ ਹੈਗਾ ਵਾ ਕਿਉਂਕਿ ਸਿੱਧੀ ਚੜ੍ਹਾਈ ਹੈਗੀ ਆ ਅਤੇ ਪਹਿਲੇ ਗੇਅਰ 'ਤੇ ਦੂਜੇ ਗੇਅਰ 'ਤੇ ਚਲਾਉਣੀ ਪੈ ਰਹੀ ਹੈਗੀ ਆ ਭਾਈ ਨੂੰ ਕਿਉਂਕਿ ਰੋਡਸ ਵੀ ਕਾਫੀ ਸਲਿੱਪਰੀ ਹੈਗੀਆਂ ਵਾ ਤਾਂ ਨਾਲ ਦੇ ਬੰਦੇ ਦੀ ਥੋੜ੍ਹੀ ਹੋਈ ਵੀ ਆ ਟੈਟ ਕਿਉਂਕਿ ਬਸ ਆ ਗਿਆ ਵਾ ਹੁਣ ਕਿੱਥੇ ਚੱਲਦੇ ਆਪਾਂ ਆਪਾਂ ਜੱਖਣੀ ਮਾਤਾ ਪਹੁੰਚ ਗਏ ਹੈਗੇ ਆ ਤਾਂ ਰਸ਼ ਹੈਗਾ ਵਾ ਤਾਂ ਅੱਜ ਰਸ਼ ਹੈਗਾ ਵਾ ਬਾਕੀ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹੈਗੇ ਦੇਖਿਓ ਜ਼ਰੂਰ ਆਹੋ ਮਾਈਕ ਲੱਗਾ ਹੀ ਕੋਈ ਚੱਕਰ ਨਹੀਂ ਆਹ ਦੇਖੋ ਹਾਂਜੀ ਫਿਰ ਚੜ੍ਹਾਈ ਦੱਸੋ ਯਾਰ ਇਹੀ ਚੜ੍ਹਾਈ ਇਹ ਡਰ ਹੀ ਗਿਆ ਵਿਚਾਰਾ ਟੈਟ ਹੋਈ ਵੀ ਪੂਰੀ ਵਿਚਾਰੇ ਦੀ ਕੀ ਕਰੀ ਦੇਖੋ ਯਾਰ ਮੂੰਹ ਚੱਕਿਆ ਨਹੀਂ ਨਾ ਗਰਮ ਬੁੱਧ ਹੌਲੀ ਹੌਲੀ ਹੋਰ ਥੱਲੇ ਆਈ ਜਾ ਰਹੇ ਨੇ ਰਿਸ਼ਤਾਨ ਜੀ ਆਈ ਐਮ ਰਾਈਟ ਓਹੋ ਫਿਰ ਕੈਮਰੇ 'ਚ ਨਹੀਂ ਇੰਨਾ ਨਜ਼ਰ ਆ ਰਿਹਾ ਕਿਉਂ ਰਿਸ਼ੀ ਸਹੀ ਕਹਿ ਰਿਹਾ ਨਾ ਮੈਂ ਬਸ ਫਾਇਦਾ ਹੋ ਗਿਆ ਨਾ ਫਿਰ ਆਉਂਦਾ 400 ਕਿਲੋਮੀਟਰ ਪੂਰੇ ਥੱਲੇ ਦਿਖਣਾ ਬੰਦ ਹੋ ਗਿਆ ਤੁਹਾਨੂੰ ਪਹਿਲਾਂ ਦੇਖਿਆ ਤੁਹਾਨੂੰ ਇੱਥੇ ਪਹਿਲਾਂ ਦਿਖਾਇਆ ਹੁਣ ਨੀਂਦ ਨਾ ਨਹੀਂ ਪਿਆ ਥੱਲੇ ਕੁਛ ਕਿਉਂ ਰਿਸ਼ੀ ਸਤਾਰ ਜੀ ਸਹੀ ਕਹਿ ਰਹੇ ਅਸੀਂ ਖੜ ਜਾ ਇੱਕ ਮਿੰਟ ਆ ਗਏ ਆਹ ਦੇਖੋ ਸਾਰਾ ਹੀ ਗੈਪ ਹੋ ਗਿਆ ਚਿੱਟਾ ਹੀ ਚਿੱਟਾ ਖੂਨੇ ਦਿਖਣਾ ਹੀ ਬੰਦ ਹੋ ਗਿਆ ਸਾਡਾ ਸਮਾਨ ਤਿਆਰ ਏ ਬਵੀ ਦੇਖੋ ਸਾਰੇ ਪਿਆਜ ਨਾ ਕਦੋਂ ਕਰੀ ਤਿੰਨ ਪਿਆਜ ਲਿਆਂਦੇ ਮੈਨੂੰ ਪਤਾ ਨੀ ਸੀਗਾ ਬਬੀ ਦੇਖੋ ਨਾਲ ਰੇਹੜੀ ਤੇ ਕੰਮ ਕਰਦਾ ਰਿਹਾ ਤੁਸੀਂ ਵਿਊ ਚੈੱਕ ਕਰੋ ਵਿੱਚ ਸਾਦ ਸ਼ਰਟ ਪਾ ਲਈ ਬਬੀ ਦੇ ਲੈ ਕੇ
ਤੇ ਵਿਊ ਪੂਰਾ ਓਕੇ ਰਿਪੋਰਟ ਇੱਥੇ ਸਾਡਾ ਬਣੇਗਾ ਚੰਪਾਂ ਕਿਹੜੀ ਹੈ ਮਲਾਈ ਚੰਪ ਯੈਸ ਉਹ ਯਾਰ ਇੱਕ ਗਾਇਸ ਇੱਥੇ ਸ਼ੁਰੂ ਹੋ ਗਿਆ ਪ੍ਰੈਪਰੇਸ਼ਨ ਚੰਪ ਬਣਾਉਣ ਦੀ ਕੋਇਲੇ ਆਪਾਂ ਬਾਲ ਰਹੇ ਹੈਗੇ ਆ ਤੁਹਾਨੂੰ ਦਿਖਾਉਂਦਾ ਹੁਣੇ ਮੈਂ ਦੇਖੋ ਤੁਸੀਂ ਤੁਸੀਂ ਦੇਖ ਸਕਦੇ ਹੋ ਕੋਇਲੇ ਉਹ ਹੌਲੀ ਬੋਲੋ ਯਾਰ ਇੱਕ ਮਿੰਟ ਓਏ ਆਉਣ ਦੇ ਆਉਣ ਦੇ ਆ ਕੋਇਲੇ ਦੇਖੋ ਇਹ ਬਲ ਗਏ ਹੈਗੇ ਆ ਚੰਪ ਉੱਪਰ ਰੱਖੇ ਗਏ ਹੈਗੇ ਆ ਬਸ ਥੋੜੇ ਉੱਪਰ ਹੋਰ ਕੋਈ ਆ ਦੇਖੋ ਇਹ ਛਤਰੀ ਰੱਖੀ ਹੋਈ ਹੈਗੀ ਆ ਤਾਂ ਕਿ ਵਿਚਾਰੇ ਇਹਨਾਂ ਨੂੰ ਕੁਛ ਹੋਵੇ ਨਾ ਬੜੇ ਵਧੀਆ ਤਰੀਕੇ ਨਾਲ ਪੱਖਣ ਤੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈਗੀ ਹੈ ਇੱਕ ਮੈਂ ਵੀ ਬਹੁਤ ਮਿਹਨਤ ਕੀਤੀ ਹੈਗੀ